9 ਫਰਵਰੀ ਨੂੰ ਔਰ ਨਵਾਂਸ਼ਹਿਰ ਦੇ ਵਿੱਚ ਨਵਾਂਸ਼ਹਿਰ, ਰੋਪੜ, ਜਲੰਧਰ, ਕਪੂਰਥਲਾ ਅਤੇ ਮੋਹਾਲੀ ਜ਼ਿਲ੍ਹੇ ਜਿਹੜੇ ਆ ਇਹਨਾਂ ਨੂੰ ਅਸੀਂ ਸ਼ਾਮਿਲ ਕੀਤਾ। ਇਹ ਜ਼ਿਲ੍ਹਿਆਂ ਦੇ NRI ਆਪਣੀਆਂ ਨਵਾਂਸ਼ਹਿਰ ਵਿੱਚ ਆ ਕੇ ਸ਼ਿਕਾਇਤਾਂ ਜਿਹੜੀਆਂ ਉਹ ਦੱਸਣਗੇ ਅਤੇ ਉਹਨਾਂ ਦਾ ਮੌਕੇ 'ਤੇ ਹੱਲ ਕਰਾਂਗੇ। ਜਿਹੜੀ ਤੀਜੀ ਅਸੀਂ ਕਰਾਂਗੇ 16 ਫਰਵਰੀ ਨੂੰ, ਉਹ ਅਸੀਂ ਕਰਾਂਗੇ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੇ ਪੰਜਾਬ ਦਾ ਕਲਚਰ NRI ਨੂੰ ਦਿਖਾਇਆ ਜਾਵੇ। 16 ਤਰੀਕ ਨੂੰ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿਲ੍ਹਾ, ਉਸ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਸੀਂ ਕਰਾਂਗੇ। ਉਹ ਪਿੰਡ ਦੇ ਵਿੱਚ ਪੂਰਾ ਜਿਹੜਾ ਪੇਂਡੂ ਮਾਹੌਲ ਆ, ਪੰਜਾਬ ਦਾ ਜਿਹੜਾ ਕਲਚਰ ਹੈ, ਉਹ ਅਸੀਂ NRI ਦੀਆਂ ਸ਼ਿਕਾਇਤਾਂ ਵੀ ਸੁਣਾਂਗੇ ਅਤੇ ਉਹਨਾਂ ਨੂੰ ਉਸ ਕਲਚਰ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਅਜੇ ਪੰਜਾਬੀ ਕਲਚਰ ਜਿਹੜਾ ਉਹ ਜਿੰਦਾ ਹੈ। ਇਹਨਾਂ ਇਸ ਜਿਹੜੀ ਮਿਲਣੀ ਹੈ ਇਹਦੇ ਵਿੱਚ ਪਟਿਆਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਬਠਿੰਡਾ, ਲੁਧਿਆਣਾ, ਮਾਨਸਾ, ਇਹਦੇ 'ਚ ਇਹ 5-6 ਜ਼ਿਲ੍ਹੇ ਜਿਹੜੇ ਇੱਥੇ ਆਉਣਗੇ। ਜਿਹੜੀ ਅਸੀਂ ਆਖਰੀ ਕਰਾਂਗੇ ਉਹ ਕਰਾਂਗੇ 22 ਫਰਵਰੀ ਨੂੰ। 22 ਫਰਵਰੀ ਨੂੰ ਅਸੀਂ ਕਰਾਂਗੇ ਫਿਰੋਜ਼ਪੁਰ ਦੇ ਵਿੱਚ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਤਰਨ ਤਾਰਨ, ਮੋਗਾ, ਸ੍ਰੀ ਮੁਕਤਸਰ ਸਾਹਿਬ, ਉਹ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ। ਇਹਨਾਂ ਜ਼ਿਲ੍ਹਿਆਂ ਦੇ NRI ਇੱਥੇ ਆਉਣਗੇ। ਪਿਛਲੀ ਵਾਰ ਵੀ ਅਸੀਂ ਇੱਦਾਂ ਹੀ ਜ਼ਿਲ੍ਹਿਆਂ ਦੀ ਵੰਡ ਕੀਤੀ ਸੀ ਅਤੇ ਐਤਕਾ ਅਸੀਂ ਜਗ੍ਹਾ ਬਦਲਤੀਆਂ ਕਿਉਂਕਿ ਅਸੀਂ ਰਿਪੀਟ ਨਹੀਂ ਕਰਨਾ ਚਾਹੁੰਦੇ, ਨਵੀਆਂ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਉਹ ਕਰ ਰਹੇ ਹਾਂ। ਸੋ ਮੇਰੀ ਤੁਹਾਡੇ ਥਰੂ ਦੁਨੀਆਂ ਭਰ ਵਿੱਚ ਵੱਸਦੇ NRI ਨੂੰ ਇਹ ਬੇਨਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਤਿਕਾਰ ਜਿਹੜੀ ਆ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਤਤਪਰ ਆ। ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ, ਇਹ ਪੰਜਾਬ ਤੁਹਾਡਾ ਹੈ। ਮਾਨ ਸਾਹਿਬ ਚਾਹੁੰਦੇ ਆ ਕਿ ਕੋਈ ਵੀ NRI ਪੰਜਾਬ ਦੀ ਧਰਤੀ 'ਤੇ ਆ ਕੇ ਖੱਜਲ ਖਰਾਬ ਨਾ ਹੋਵੇ। ਕੁਝ ਫੈਸਲੇ ਉੱਧਰ ਵੀ ਬੜੇ ਮਹੱਤਵਪੂਰਨ ਕੀਤੇ ਸੀ 29 ਤਰੀਕ ਨੂੰ, ਜਿਹੜੇ ਮੀਡੀਆ ਦੇ ਰਾਹੀਂ ਦੱਸੇ ਗਏ ਸੀਗੇ। ਸੋ ਸਾਡੀ ਬੇਨਤੀ ਆ ਕਿ ਸਾਡੀ ਵੈਬਸਾਈਟ ਜਿਹੜੀ ਆ ਉਹਦੀ ਉੱਧਰ ਲਾਂਚ ਅਸੀਂ ਕੀਤੀ ਸੀਗੀ। ਸਾਰੇ NRI ਨੂੰ ਬੇਨਤੀ ਹੈ ਕਿ ਜਿਹਦੀ ਜਿਹਦੀ ਵੀ ਸ਼ਿਕਾਇਤ ਹੈ ਉਹ 11 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹਦੇ 'ਤੇ ਦਰਜ ਕਰ ਦੇਣ। ਪਰ ਨਾਲ ਹੀ ਅਸੀਂ ਇਹ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮਤਲਬ ਮੰਨ ਲਓ ਕਿ ਜਿੱਦਾਂ 3 ਫਰਵਰੀ ਨੂੰ ਆ, ਉਹਦੀ ਜੇ 30 ਤਰੀਕ ਤੱਕ ਸ਼ਿਕਾਇਤ ਆ ਜੂਗੀ ਤਾਂ ਅਸੀਂ ਉਹਦਾ ਮਸਲੇ ਦਾ ਹੱਲ ਜਿਹੜਾ ਸੌਖਾ ਕਰ ਸਕਾਂਗੇ। ਸੰਬੰਧਿਤ ਅਧਿਕਾਰੀ ਜਿਹੜੇ ਆ, ਸੰਬੰਧਿਤ ਜਿਹੜਾ ਕੋਈ ਮਾਲ ਮਹਿਕਮੇ ਨਾ ਕਿਸੇ ਨਾ ਵੀ ਉਹਨੂੰ ਸੱਦ ਸਕਾਂਗੇ। ਸੋ ਸਾਡੀ ਬੇਨਤੀ ਹੈ ਕਿ ਸਾਰੇ ਹੀ ਭਰਾ ਜਿਹੜੇ ਆ ਆਪਣੀਆਂ ਸ਼ਿਕਾਇਤਾਂ 11 ਤਰੀਕ ਤੋਂ ਹੀ ਸਾਡੀ ਵੈਬਸਾਈਟ ਜਿਹੜੀ ਮੈਂ ਹੁਣੇ ਦਿੰਦਾ ਉਹਦੇ ਉੱਤੇ ਵਟਸਐਪ ਨੰਬਰ ਵੀ ਆ, ਉਹਦੇ ਉੱਤੇ ਜਿਹੜੀਆਂ ਤੁਸੀਂ ਪਾਉਣੀਆਂ ਮਤਲਬ ਸ਼ੁਰੂ ਕਰ ਦਿਓ ਤਾਂ ਜੋ ਅਸੀਂ ਨਾਲੋ ਨਾਲ, ਪਿਛਲੀ ਵਾਰ ਵੀ ਇੱਦਾਂ ਹੀ ਕੀਤਾ ਸੀਗਾ ਕਿ ਲੋਕਾਂ ਨੇ ਐਡਵਾਂਸ ਸਾਨੂੰ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਭੇਜਤੀਆਂ ਸੀਗੀਆਂ। ਪਰ ਜੇ ਕੋਈ ਮੌਕਿਆਂ 'ਤੇ ਵੀ ਨਾਲ ਲਾਊ ਤਾਂ ਉਹਦੀ ਵੀ ਆਪਾਂ ਮਤਲਬ ਜਿਹੜੀ ਆ ਕਰਾਂਗੇ, ਪਰ ਸਾਡੇ ਲਈ ਕੰਮ ਕਰਨਾ ਸੌਖਾ ਹੋ ਜਾਂਦਾ ਜੇ ਐਡਵਾਂਸ ਤੁਸੀਂ ਮਤਲਬ ਜਿਹੜਾ ਉਹ ਸਾਨੂੰ ਭੇਜ ਦਿੰਦੇ ਹੋ। ਅਤੇ ਇੱਕ ਜਿਹੜਾ ਮਤਲਬ ਅਸੀਂ ਮਤਲਬ ਸ਼ਿਕਾਇਤਾਂ ਜਿਹੜੀਆਂ ਇਹ ਅਸੀਂ ਕਹਾਂਗੇ ਕਿ ਤੁਸੀਂ ਜਦੋਂ ਦਰਜ ਕਰਦੀਆਂ ਸ਼ਿਕਾਇਤ ਤੁਸੀਂ ਦਰਜ ਕਰਤੀ ਵੀ, ਪਰ ਮੌਕੇ 'ਤੇ ਜੇ ਤੁਸੀਂ ਆਪ ਨਹੀਂ ਆ ਸਕਦੇ ਤਾਂ ਆਪਣੇ ਪਰਿਵਾਰ ਦਾ ਕੋਈ ਮੈਂਬਰ, ਆਪਣਾ ਰਿਸ਼ਤੇਦਾਰ, ਆਪਣਾ ਕੋਈ ਦੋਸਤ ਮਿੱਤਰ ਭੇਜੋ ਜਿਹਦੇ ਕੋਲ ਬਾਕੀ ਡਾਕੂਮੈਂਟ ਵੀ ਹੋਣ। ਸਾਡੇ ਕੋਲ ਕਈ ਫਾਈਲਾਂ ਇੱਦਾਂ ਦੀਆਂ ਆ ਜਾਂਦੀਆਂ ਜਿਹਨਾਂ ਨਾਲ 30-40 ਪੇਪਰ ਦਿੰਦੇ ਆ, ਪਰ ਤੁਸੀਂ ਕੰਪਲੇਂਟ ਆਪਣੀ ਦਰਜ ਕਰਾ ਕੇ ਬਾਕੀ ਫਾਈਲ ਜਿਹੜੀ ਆ ਉਹ ਤੁਸੀਂ ਨਾਲ ਲੈ ਕੇ ਆਓ। ਪਰ ਤੁਸੀਂ ਉਦੋਂ ਤੱਕ ਵੀ ਤੁਸੀਂ ਕਿਉਂਕਿ 22 ਫਰਵਰੀ ਤੱਕ ਇਹ ਖਤਮ ਹੋਣੀਆਂ ਆਪਣੀਆਂ NRI ਮਿਲਣੀ, ਸੋ ਤੁਸੀਂ 22 ਫਰਵਰੀ ਤੱਕ ਵੀ ਮੌਕੇ ਦੇ ਉੱਤੇ ਵੀ ਤੁਸੀਂ ਮਤਲਬ ਸਾਨੂੰ ਆਪਣੀ ਕੰਪਲੇਂਟ ਦੇ ਸਕਦੇ ਹੋ। ਕਿਉਂਕਿ ਰੋਜ਼ ਹੀ ਸਵੇਰੇ, ਅੱਜ ਵੀ 3 ਕੰਪਲੇਂਟਾਂ ਹੁਣੇ ਮੀਟਿੰਗ ਤੋਂ ਪਹਿਲਾਂ ਇੱਥੇ ਅਸੀਂ ਹੱਲ ਕੀਤੀਆਂ।